ਬੇਅਦਬੀ ਮਾਮਲੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਵਿਧਾਇਕਾਂ ਨੇ ਵਿਧਾਨ ਸਭਾ 'ਚੋਂ ਵਾਕਆਊਟ ਕੀਤਾ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ 'ਤੇ ਸਿਆਸਤ ਨਹੀਂ ਹੋਣੀ ਚਾਹੀਦੀ ਅਤੇ ਬੇਅਦਬੀ ਮਾਮਲੇ ਦੀ ਜਾਂਚ ਸੁਪਰੀਮ ਕੋਰਟ ਦੇ ਸਿਟਿੰਗ ਜੱਜ ਤੋਂ ਕਰਵਾਈ ਜਾਵੇ। ਜੋ ਪਰਮਿੰਦਰ ਜੀ ਨੇ ਬੜੇ ਅਹਿਮ ਮੁੱਦੇ ਤੁਹਾਡੇ ਸਾਰਿਆਂ ਦੇ ਸਾਹਮਣੇ ਰੱਖੇ ਆ ਔਰ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਦੇ ਲੈਜਿਸਲੇਚਰ ਕੱਲ ਵੀ ਅਡਜਰਨਮੈਂਟ ਮੋਸ਼ਨ ਇਸ ਮੁੱਦੇ ਤੇ ਲੈ ਕੇ ਆਏ ਸੀ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਪੋਲਿਟਿਕਸ ਨਹੀਂ ਹੋਣੀ ਚਾਹੀਦੀ ਔਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਜਿਹੜੀ ਇਹ ਬੇਅਦਬੀ ਦੇ ਕੇਸਿਸ ਨੇ ਇਹ ਹਿੰਦੁਸਤਾਨ ਦੀ ਸਰਵੋੱਚ ਨਿਆਂਪਾਲਿਕਾ ਸੁਪਰੀਮ ਕੋਰਟ ਤੋਂ ਕਰਾਈ ਜਾਣੀ ਚਾਹੀਦੀ। ਸਾਡਾ ਤਾਂ ਇਸ ਲਈ ਕਹਿਤਾ ਕਿ ਜੀ ਇਹ ਠੀਕ ਨਹੀਂ, ਇਹ ਮੰਗ ਨਹੀਂ ਕਰ ਸਕਦੇ, 100 ਸਾਡੇ ਉਹ ਕੱਢਤੇ ਨੁਕਸ, ਜਦਕਿ ਉਹ ਨੁਕਸ ਗਲਤ ਕੱਢੇ ਸੀ। ਅਸੀਂ ਕੱਲ੍ਹ ਪ੍ਰੂਵ ਕੀਤਾ ਸੀ ਕਿ ਅਸੀਂ 3 ਘੰਟੇ ਪਹਿਲਾਂ ਦਿੱਤੀ ਅਡਜਰਨਮੈਂਟ, ਇਹ ਰੀਸੈਂਟ ਅਕਰੰਸ ਹੈ ਔਰ ਅਸੀਂ ਇਹ ਹਾਊਸ 'ਚ ਪਹਿਲਾਂ ਇਹ ਗੱਲ ਨਹੀਂ ਚੁੱਕੀ ਗਈ। ਸੋ ਜਿਨ੍ਹਾਂ ਦੀ ਕਰਕੇ ਉਹ ਰਿਜੈਕਟ ਹੋਇਆ ਸੀ ਉਹ ਸਾਰੇ ਗੱਲਾਂ ਨੂੰ ਅਸੀਂ ਪ੍ਰੂਵ ਕੀਤਾ ਕਿ ਇਹ ਗਲਤ ਹੈ। ਅੱਜ ਦੇਖੋ ਫਿਕਸਡ ਮੈਚ ਕਿਵੇਂ ਹੋ ਰਿਹਾ। ਅੱਜ ਹੀ ਅਸੀਂ ਸਵੇਰੇ ਵਿਧਾਨ ਸਭਾ ਆਏ ਅਤੇ ਸਾਨੂੰ ਅਸੀਂ ਕੀ ਮੰਗ ਕਰ ਰਹੇ ਸੀ ਕਿ ਸੁਪਰੀਮ ਕੋਰਟ ਦੀ ਇਨਕੁਆਇਰੀ ਹੋਵੇ ਇਨ ਦੀਜ ਇੰਸੀਡੈਂਟਸ। ਸਾਨੂੰ ਤਾਂ ਅੰਦਰ ਆਉਣ ਨਹੀਂ ਦਿੱਤਾ, ਦਰਵਾਜ਼ੇ ਹੀ ਬੰਦ ਕਰਤੇ ਕਿ ਅੰਦਰ ਨਹੀਂ ਜਾ ਸਕਦੇ। ਇੱਕ ਬੰਦੇ ਨੇ ਕਿਹਾ ਕਿ ਤੁਹਾਡੇ ਹੱਥ 'ਚ ਬੈਨਰ ਹੈ, ਅਸੀਂ 10 ਬੰਦੇ ਵਿਦਾਊਟ ਬੈਨਰ ਸਾਂ। ਔਰ ਮੈਂ ਦੂਜੀ ਗੱਲ ਕਹੀ, ਮੈਂ ਬੈਨਰ 'ਚ ਅਸੀਂ ਕਿਸੇ ਦੀ ਸ਼ਾਨ ਦੇ ਖਿਲਾਫ ਲਿਖਿਆ ਕੁਛ? ਉਹ 'ਚ ਸੁਪਰੀਮ ਕੋਰਟ ਦੀ ਇਨਕੁਆਇਰੀ ਦੀ ਮੰਗ ਕੀਤੀ ਹੈ ਔਰ ਬੇਅਦਬੀ ਕੇਸਿਸ ਇਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਔਰ ਇਹਦੇ 'ਚ ਪੋਲੀਟਿਕਸ ਨਾ ਹੋਵੇ। ਮੈਂ ਕਿਹਾ ਕਿਸੇ ਦੀ ਸ਼ਾਨ ਦੇ ਖਿਲਾਫ ਕੁਛ? ਮੈਂ ਕਿਹਾ ਕਾਂਗਰਸ ਤਾਂ ਕਟੋਰੀ ਵੀ ਲਿਆਉਂਦੀ ਸੀ, ਚਮਚੇ ਵੀ ਲਿਆਉਂਦੀ ਸੀ, ਉਹ ਸਭ ਅਲਾਊਡ ਸੀ। ਅਤੇ ਸਾਡੇ ਵੇਲੇ ਇੱਕ ਪੀਸ ਔਫ ਪੇਪਰ ਇਜ਼ ਨੋਟ ਬੀਂਗ ਅਲਾਊਡ। ਤੁਹਾਡੇ ਦਰਵਾਜ਼ੇ ਬੰਦ ਕੀਤੇ, ਅੰਦਰ ਅਸੀਂ ਆਏ। ਦੇਖੋ ਫਿਕਸਡ ਮੈਚ ਇਸ ਹੱਦ ਤੱਕ ਚੱਲ ਰਿਹਾ, ਅਸੀਂ ਸਵਾਲ ਉਠਾਇਆ ਅਤੇ ਅਲਾਊ ਨਹੀਂ ਕੀਤਾ, ਰੂਲਸ ਗਿਣਾਤੇ ਗਏ। ਆਪ ਉਠਾਉਂਦੀ ਹੈ ਜਿਹੜੀ ਛੋਟੀ ਕਾਂਗਰਸ ਹੈ, ਜਿਹੜੀ ਰਲ ਮਿਲ ਕੇ ਕਾਂਗਰਸ ਨਾਲ ਖੇਡ ਰਹੀ ਹੈ, ਜਿਹੜਾ ਲੀਡਰ ਆਫ ਆਪੋਜੀਸ਼ਨ ਉਹਨਾਂ ਦਾ ਬਹਿ ਨਹੀਂ ਸਕਦਾ, ਉਹ ਕੋਈ ਸਵਾਲ ਉਠਾਉਣ ਅਤੇ ਉਹ ਅਲਾਊ ਹੋ ਜਾਂਦਾ। ਚਲੋ ਕੋਈ ਗੱਲ ਨਹੀਂ, ਤੁਸੀਂ ਰਲ ਮਿਲ ਕੇ ਖੇਡਣਾ ਤੁਸੀਂ ਖੇਡੋ,